ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੇਰੇ ਨਾਲ ਨੇ। ਚੀਮਾ ਸਾਹਿਬ, 13 ਸੀਟਾਂ ਲੜਨ ਦਾ ਐਲਾਨ ਕਰ ਦਿੱਤਾ ਔਰ ਨਾਲ ਹੀ ਕਹਿਤਾ ਕਿ ਅਗਲੇ 10-15 ਦਿਨਾਂ 'ਚ ਉਮੀਦਵਾਰਾਂ ਦਾ ਐਲਾਨ ਹੋਏਗਾ। ਜਾਣਕਾਰੀ ਇਹ ਵੀ ਮਿਲ ਰਹੀ ਕਿ 4-5 ਮੰਤਰੀਆਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਦੇਖੋ, ਚਾਹੇ ਆਮ ਆਦਮੀ ਪਾਰਟੀ ਦੇ ਮੰਤਰੀ ਨੇਗੇ, ਸਰਕਾਰ ਦੇ ਮੰਤਰੀ ਨੇਗੇ, ਚਾਹੇ ਐਮਐਲਏ ਸਾਹਿਬਾਨ ਨੇ, ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ। ਸਾਰੇ ਬਤੌਰ ਵਲੰਟੀਅਰ ਅਸੀਂ ਕੰਮ ਕਰਦੇ ਹਾਂ ਔਰ ਲੋਕਾਂ ਲਈ ਦਿਨ ਰਾਤ ਜਿਹੜਾ ਹੈਗਾ ਕੰਮ ਕੀਤਾ ਜਾਂਦਾ ਹੈਗਾ। ਸੋ ਜਿਹੜੀ ਵੀ ਡਿਊਟੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਲਾਉਣਗੇ, ਸਾਰੇ ਮੈਂ ਸਮਝਦਾ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਔਰ ਬਿਲਕੁਲ ਇਹ ਜਿਹੜੀ ਇਲੈਕਸ਼ਨ ਆ, ਆਮ ਆਦਮੀ ਪਾਰਟੀ ਵੱਡੇ ਦਮ ਦੇ ਉੱਤੇ ਵੱਡੇ ਮਾਰਜਨ ਦੇ ਨਾਲ ਪੰਜਾਬ ਜਿੱਤੂਗੀ। ਪੰਜਾਬ ਦੇ ਲੋਕਾਂ ਨੇ ਕਿੰਨੇ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਜਾ ਸਕਦਾ? 4-5 ਦੀ ਜਿਹੜੀ ਖਬਰ ਆ ਰਹੀ ਹੈ ਉਹ ਹੈ ਕਿ ਬਠਿੰਡੇ ਤੋਂ ਇਸ ਦੇ ਹਿਸਾਬ ਨਾਲ ਸੰਗਰੂਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ। ਮੇਰੀ ਗੱਲ ਸੁਣੋ, ਜਿਹੜੀ ਮੈਂ ਗੱਲ ਕਰ ਰਿਹਾ ਕਿ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਚਾਹੇ ਐਮਐਲਏ ਨੇ, ਉਹ ਸਾਰੇ ਪਾਰਟੀ ਦੇ ਵਲੰਟੀਅਰ ਨੇ, ਪਾਰਟੀ ਦੇ ਵਫ਼ਾਦਾਰ ਸਿਪਾਹੀ ਨੇ। ਚਾਹੇ ਜਿਹੜੇ ਵੀ ਸਿਪਾਹੀ ਦੀ ਡਿਊਟੀ ਲਾਈ ਜੀ, ਉਹ ਹਰੇਕ ਜਿਹੜਾ ਖੜੇ ਮੱਥੇ ਪ੍ਰਵਾਨ ਕਰੂਗਾ। ਅਸੀਂ ਕਦੇ ਵੀ ਇਹ ਨਹੀਂ ਕੀਤਾ, ਕਿਉਂਕਿ ਅਸੀਂ ਪਾਰਟੀ ਜਿਹੜੀ ਹੈ ਸਾਡੇ ਲਈ ਪ੍ਰਮੁੱਖ ਆ, ਪਾਰਟੀ ਜਿਹੜੀ ਸਾਡੇ ਲਈ ਬਿਲਕੁਲ ਉਹ ਆ। ਕੋਈ ਵੀ ਕਿਸੇ ਅਹੁਦੇ ਨਾਲ ਜੁੜਿਆ ਨਹੀਂ ਹੋਇਆ, ਸਿਰਫ ਸਾਰੇ ਪਾਰਟੀ ਨਾਲ, ਪਾਰਟੀ ਦੀ ਵਿਚਾਰਧਾਰਾ ਦੇ ਨਾਲ, ਅਰਵਿੰਦ ਕੇਜਰੀਵਾਲ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ। ਅਮਿਤ ਸ਼ਾਹ ਦੀ ਸਟੇਟਮੈਂਟ ਆਈ ਕਿ ਅਕਾਲੀ ਦਲ ਦੇ ਨਾਲ ਗੱਲਬਾਤ ਚੱਲ ਰਹੀ ਹੈ, ਅਕਾਲੀ ਭਾਜਪਾ ਦਾ ਕਹਿੰਦੇ ਅਲਾਇੰਸ ਫਿਰ ਤੋਂ ਹੋ ਰਿਹਾ, 8-5 ਦੀ ਜਿਹੜੀ ਰੇਸ਼ੋ ਹੈ ਉਹ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਹੋ ਸਕਦੀ ਹੈ। ਜਿੰਨੇ ਮਰਜ਼ੀ ਅਲਾਇੰਸ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਪੰਜਾਬ 'ਚ ਕਰ ਲਏ, ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ। ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਜਾ ਕੇ ਦਿੱਲੀ ਸਰਕਾਰ ਦੇ ਨਾਲ ਇੱਕ ਵੱਡੀ ਐਜੀਟੇਸ਼ਨ ਕੀਤੀ ਸੀ, ਉਦੋਂ 750 ਤੋਂ ਉੱਪਰ ਕਿਸਾਨ ਪੰਜਾਬ ਦਾ ਸ਼ਹਾਦਤ ਦਾ ਜਾਮ ਪੀ ਗਿਆ ਸੀ। ਸੋ ਪੰਜਾਬ ਦੇ ਲੋਕਾਂ ਨੇ ਕਦੇ ਵੀ ਬੀਜੇਪੀ ਨੂੰ ਜਾਂ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਾ ਗਾ। ਔਰ ਇੱਥੋਂ ਇਹ ਵੀ ਗੱਲ ਸਾਫ਼ ਹੁੰਦੀ ਆ ਕਿ ਜਦੋਂ ਕਾਲੇ ਕਾਨੂੰਨ ਆਏ ਸੀ, ਜਿਨ੍ਹਾਂ ਨੇ ਪੰਜਾਬ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ, ਉਹ ਵੀ ਮੈਂ ਸਮਝਦਾ ਅਕਾਲੀ ਦਲ ਤੇ ਬੀਜੇਪੀ ਦੀ ਇੱਕ ਸੋਚੀ ਸਮਝੀ ਸਾਜਿਸ਼ ਸੀਗੀ ਔਰ ਪੰਜਾਬ ਦੇ ਲੋਕਾਂ ਨੇ ਸਾਜਿਸ਼ ਨਾਲ ਕੰਮ ਕੀਤੀ ਸੀ। ਸੋ ਹੁਣ ਵੀ ਜੇ ਕੋਈ ਇਸ ਤਰ੍ਹਾਂ ਦਾ ਮੂਵ ਹੋਊਗਾ, ਪੰਜਾਬ ਦੇ ਲੋਕ ਮੂੰਹ ਤੋੜ ਜਵਾਬ ਦੇਣ। ਇੱਕ ਇਨਾਮ ਪਾਓ ਸਕੀਮ ਜਿਹੜੀ ਤੁਹਾਡੀ ਸ਼ੁਰੂ ਹੋਈ ਸੀ, ਕਈ ਸਾਰੇ GST ਫੇਕ ਬਿੱਲ ਜਿਹੜੇ ਨੇ ਉਹ ਬਣੇ, 30 ਕਰੋੜ ਦੇ ਕਰੀਬ ਜੁਰਮਾਨਾ ਤੁਹਾਡੇ ਵੱਲੋਂ ਲਗਾਇਆ ਗਿਆ, ਕੀ ਉਹ ਪੂਰਾ ਮਸਲਾ ਕੀ ਸੀ? ਦੇਖੋ, ਅਸੀਂ ਸਾਡੇ ਪਾਰਟੀ ਦੇ ਦਿੱਲੀ ਦੇ ਲੀਡਰ ਮਨੀਸ਼ ਸਿਸੋਦੀਆ ਜੀ ਨੇ ਪਿੱਛੇ ਸਕੀਮ ਸ਼ੁਰੂ ਕੀਤੀ ਸੀ, ਬਿੱਲ ਲਿਆਓ ਇਨਾਮ ਪਾਓ। ਇਹ ਪਹਿਲੀ ਵਾਰ ਦਿੱਲੀ ਸ਼ੁਰੂ ਹੋਈ ਸੀ, ਉੱਥੇ ਬੜਾ ਉਹਨੂੰ ਭਰਪੂਰ ਹੰਗਾਰਾ ਮਿਲਿਆ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣੀ, ਤੋ ਇਹ ਸਕੀਮ ਜਿਹੜੀ ਹੈ ਪੰਜਾਬ ਸ਼ੁਰੂ ਕੀਤੀ ਗਈ, ਉਹਦੇ ਬੜੇ ਸਾਰਥਿਕ ਰਿਜ਼ਲਟ ਜਿਹੜੇ ਪੰਜਾਬ 'ਚ ਆ ਰਹੇ ਨੇਗੇ। ਜਿਹੜੇ ਕੋਈ ਜਾਅਲੀ ਫਰਜ਼ੀ ਬਿੱਲ ਜਾਰੀ ਕਰਦੇ ਨੇ, ਉਹਨਾਂ ਨੂੰ ਫੜਿਆ ਜਾ ਰਿਹਾ ਹੈਗਾ ਔਰ ਜੁਰਮਾਨੇ ਵੀ ਹੋ ਰਹੇ ਨੇਗੇ ਔਰ ਪੰਜਾਬ ਦਾ ਖਜ਼ਾਨਾ ਵੀ ਭਰ ਰਿਹਾ। ਸਕੀਮ ਨੂੰ ਹੁਣ ਮੈਂ ਸਮਝਦਾ ਕੇਂਦਰ ਸਰਕਾਰ ਵੀ ਸਾਡੀ ਨਕਲ ਮਾਰ ਰਹੀ ਹੈ, ਕੇਂਦਰ ਸਰਕਾਰ ਵੀ ਲਾਗੂ ਕਰਨ ਜਾ ਰਹੀ ਹੈ। ਪੰਜਾਬ 'ਚ ਕਿੰਨਾ ਜੁਰਮਾਨਾ ਪੈ ਗਿਆ ਔਰ ਕਿੰਨੇ ਇਨਾਮ ਦੇ ਦਿੱਤੇ ਗਏ? ਲਗਭਗ ਜੇ ਮੈਂ ਸਿੱਧੇ ਤੌਰ ਤੇ ਗੱਲ ਕਰਦਾ, ਸਿੱਧੇ ਤੌਰ ਤੇ 40 ਕਰੋੜ ਰੁਪਏ ਦਾ ਫਾਇਦਾ ਹੋਇਆਗਾ ਔਰ ਦੂਸਰੇ ਪਾਸੇ ਸਿੱਧੇ ਤੌਰ ਤੇ 3 ਕਰੋੜ ਦਾ ਫਾਇਦਾ ਹੋਇਆਗਾ। ਔਰ ਲਗਾਤਾਰ ਮੈਂ ਸਮਝਦਾ ਜਿਹੜੀ ਕਿਤੇ ਨਾ ਕਿਤੇ ਟੈਕਸ ਦੀ ਚੋਰੀ ਹੁੰਦੀ ਸੀ, ਉਹ ਵੱਡੇ ਪੱਧਰ ਤੇ ਖਤਮ ਹੋਈ ਔਰ ਟੈਕਸ ਦਾ ਬੇਸ ਲਗਭਗ 181 ਦੇ ਕਰੀਬ ਨਵੀਂ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ GST ਦੇ ਅੰਦਰ। ਸੋ ਮੈਂ ਸਮਝਦਾ ਬਹੁਤ ਵੱਡਾ ਇੱਕ ਸੁਧਾਰ, ਜਿਹੜਾ ਸਾਰਥਿਕ ਸੁਧਾਰ, ਜਿਹੜਾ ਪੋਜ਼ਿਟਿਵ ਸੁਧਾਰ, ਉਹ ਹੋ ਰਿਹਾ। ਲਾਸਟ ਸਵਾਲ, ਬਜਟ ਕਦੋਂ ਪੇਸ਼ ਕਰ ਰਹੇ ਹੋ? ਬਿਲਕੁਲ, ਬੜੀ ਜਲਦੀ ਬਜਟ ਦੀ ਤਿਆਰੀਆਂ ਹੋ ਰਹੀਆਂ ਨੇਗੀਆਂ। ਜਿਸ ਦਿਨ ਬਜਟ ਤਿਆਰ ਹੋ ਗਿਆ ਔਰ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਤੈਅ ਕਰ ਦੇਣਗੇ ਜਿਹੜੀ ਵੀ ਡੇਟ ਤੈਅ ਕਰਨਗੇ, ਮਹੀਨੇ ਦੇ ਅਖੀਰਲੇ ਉਸ ਦਿਨ ਅਸੀਂ ਜਿਹੜਾ ਹੈਗਾ ਪੇਸ਼ ਕਰ ਦਿਆਂਗੇ। ਧੰਨਵਾਦ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ, ਨਿਊਜ਼ 18, ਖੰਨਾ।